ਰਾਮ ਕਥਾ ਜੁਗ ਜੁਗ ਅਟਲ। ਮਹਾਰਾਜ ਕਹਿੰਦੇ ਰਾਮ ਚੰਦਰ ਦੀ ਕਥਾ ਜੁਗਾ ਜੁਗਾ ਵਿੱਚ ਅਟਲ ਹੈ, ਜਿਹੜੀ ਬੀਤੀ ਹੈ ਸਭ ਕੋਈ ਭਾਖਤ ਨੇਤ, ਸਾਰੇ ਕੋਈ ਭਾਖਤ ਕਹਿੰਦੇ ਨੇਤ ਹਮੇਸ਼ਾ ਹੀ ਦੁਰਗ ਵਾਸ ਰਾਗ ਭਰ ਕਰਾ ਤੇ ਰਾਘਵਾਂ ਦੇ ਕੋਲ, ਜਿਹੜੇ ਰਾਘਵਾਂ ਦੇ ਕੋਲ ਦੇ ਬਾਰ ਸਰੇਟਰ ਰਾਮ ਚੰਦਰ ਜੀ, ਉਹਨਾਂ ਨੇ ਸਵਰਗ ਵਿੱਚ ਵਾਸਾ ਕੀਤਾ ਹੈ। ਸਗਰੀ ਪੁਰੀ ਸਮੇਤ, ਸਾਰੀ ਪੁਰੀ ਦੇ ਸਮੇਤ ਕਹਿੰਦੇ ਵਸੇ ਉੱਥੇ ਜਾ ਕੇ। ਜਿਸ ਵੇਲੇ ਰਾਮ ਚੰਦਰ ਜੀ ਨੇ ਸਰੀਰ ਛੱਡਿਆ ਹੈ ਤੇ ਜਿਤਨੇ ਪੁਰੀ ਦੇ ਵਿੱਚ ਵਸਣ ਵਾਲੇ ਸਨ ਵਿਛੋੜਾ ਨਹੀਂ ਸੀ ਸਹਾਰ ਸਕੇ, ਸਰਜੂ ਨਾਲ ਨਦੀ ਦੇ ਵਿੱਚ ਛਾਲਾਂ ਮਾਰਤੀਆਂ ਸੀ ਸਾਰਿਆਂ ਨੇ ਰਮਾਇਣ ਦੇ ਮੁਤਾਬਕ, ਸਾਰੇ ਪ੍ਰਵੇਸ਼ ਹੋ ਕੇ ਚਲੇ ਗਏ ਸਨ ਪਰਲੋਕ ਨੂੰ, ਚੜਾਈ ਕਰ ਗਏ ਸੀ। ਜਿਨ੍ਹਾਂ ਲੋਕਾਂ ਨੇ ਰਾਮ ਚੰਦਰ ਦੇ ਦਰਸ਼ਨ ਨਹੀਂ ਸੀ ਕੀਤੇ ਤੇ ਜਾਂ ਇਹਨਾਂ ਬਾਰੇ ਕੁਛ ਸੁਣਿਆ ਨਹੀਂ ਸੀ, ਉਹ ਲੋਕ ਬੱਚੇ ਜਿਉਂਦੇ ਰਹਿ ਗਏ ਸੀ, ਬਾਕੀ ਸਾਰੇ ਪਰਲੋਕ ਨੂੰ ਚਲੇ ਗਏ। ਇਸ ਵਾਸਤੇ ਸਗਰੀ ਪੁਰੀ ਸਮੇਤ ਲਿਖਿਆ ਹੈ, ਇਤ ਰਾਮ ਧਰਾਤਾ ਭਰਾਤ ਤ੍ਰਿਣ ਸਹਿਤ ਸੁਰਗ ਗਏ, ਆ ਸਗਰੀ ਪੁਰੀ ਸਹਿਤ ਸੁਰਗ ਗਏ। ਚੌਪਈ ਜੋ ਇਹ ਕਥਾ ਸੁਣੇ ਅਰ ਗਾਵੇ, ਪਹਿਲਾਂ ਕਥਾ ਸੁਣੇਗਾ ਤੇ ਗਾਵੇਗਾ, ਪ੍ਰੇਮ ਨਾਲ ਯਾਦ ਕਰੇਗਾ, ਦੁੱਖ ਪਾਪ ਤੇ ਇਹ ਨਿਕਟ ਨਾ ਆਵੇ, ਪਾਪ ਤੇ ਦੁੱਖ ਜਿਹੜੇ ਹਨ ਜਾਂ ਪਾਪਾਂ ਕਰ ਤੇਰੇ ਦੁੱਖ ਲੱਗਣੇ ਉਹ ਨਿਕਟ ਨਹੀਂ ਆਉਣਗੇ। ਜਿਸਨ ਭਗਤ ਕੀ ਇਹ ਫਲ ਹੋਈ, ਜਿਸਨ ਜੋ ਪਰਮੇਸ਼ਰ ਹੈ ਨਾ ਬੇ ਸੰਸਾਰ ਨੂੰ ਚੇਸ਼ਟਾ ਦੇਣ ਵਾਲਾ, ਉਹਦੀ ਭਗਤੀ ਦਾ ਫਲ ਹੋਵੇਗਾ ਤੇ ਦੁੱਖ ਤੇ ਪਾਪ ਨੀ ਕੋਈ ਲੱਗੇਗਾ, ਇਹ ਨਿਵਿਰਤ ਹੋ ਜਾਵੇਗਾ। ਵਿਸ਼ਨੂੰ ਦਾ ਸਮਝ ਲਿਓ, ਵਿਸ਼ਨ ਭਗਤ ਕੀ ਜੋ ਬੇਸ ਸੰਸਾਰ ਨੂੰ ਅਨਚੇਸ਼ਟਾ ਕਰਾਉਣ ਵਾਲਾ ਹੈ, ਉਹਦੀ ਇਹ ਭਗਤੀ ਦਾ ਫਲ ਹੋਵੇਗਾ। ਆਦਿ ਵਿਆਦ ਸਵੈ ਸਕੈ ਨਾ ਕੋਈ, ਆਦਿ ਵਿਆਦ ਜਿਤਨੇ ਹਨ, ਆਦਿ ਵਿਆਦ ਤੇ ਉਪਾਧੀ, ਇਹ ਤਾਪ ਤੇ ਵਿਆਦ ਪੀੜਾ, ਇਹ ਵੀ ਛੋ ਸਕੈ ਨਾ ਕੋਈ, ਨੇੜੇ ਨੀ ਛੋ ਸਕੇਗਾ ਕੋਈ ਭਗਤੀ ਕਰਨ ਵਾਲਿਆਂ ਦੇ। ਸੰਮਤ ਸਤਰ ਹੈ ਸਹਿਸ ਪਚਾਵਨ, ਸੰਮਤ ਵਿਕਰਮੀ ਜਿਹੜੀ ਉਹ ਸਤਰ ਹੈ ਸਤਾਰ, ਸਹਿਸ ਸੌ ਤੇ ਪਚਾਨਵੇਂ ਪਚਵੰਜਾ, ਜੇ ਪਚਾਨਵੇਂ ਪੰਜ ਤੇ ਅਨਵ ਨੱਬੇ ਗਿਣ ਕੇ ਪਚਾਨਵੇਂ ਬਣਾਵਾਂਗੇ ਤੇ ਧੁੱਕੇਗੇ ਨੀ ਨਾਲ, ਕਿਉਂਕਿ ਸਤਾਰਾਂ ਸੌ ਤੇ ਛਪੰਜਾ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਖਾਲਸਾ ਪੰਥ ਰਚਿਆ ਹੈ ਤੇ ਸਤਾਰਾਂ ਸੌ ਪੈਂਹਠ ਵਿੱਚ ਮਹਾਰਾਜ ਸਾਖਣ ਨੂੰ ਚਲੇ ਗਏ ਹੈ, ਇਸ ਵਾਸਤੇ ਸਤਾਰਾਂ ਸੌ ਪਚਾਨਵੇਂ ਵਿਕਰਮੀ ਨਹੀਂ ਬਣ ਸਕੇਗਾ, ਪਚਾਨਵੇਂ ਨਾ ਪਚਵੰਜਾ ਦਾ ਹੀ ਬਣੇਗਾ। ਫੇਰ ਪੜੋ ਪੰਕਤੀ, ਸੰਮਤ ਸੰਮਤ ਸਤਰ ਹੈ ਸਹਿਸ ਪਚਾਵਨ, ਸੰਮਤ ਜੋ ਹੈ ਸਤਰ ਹੈ, ਸਤਾਰਾਂ ਦਾ ਨਾਮ ਹੈ ਤੇ ਸਹਿਸ ਨਾਮ ਹੈ ਸੌ ਦਾ, ਸਤਾਰਾਂ ਸੌ ਹੋ ਗਿਆ ਤੇ ਪਚਾਵਨ ਨਾਮ ਹੈ ਪਚਵੰਜਾ ਦਾ, ਇਹ ਸਤਾਰਾਂ ਸੌ ਪਚਵੰਜਾ ਦੇ ਵਿੱਚ ਹਾੜ ਵਧੀ ਪ੍ਰਥਮ ਸੁਖ ਦਾਵਨ, ਇਹ ਹਾੜ ਦੀ ਵਧੀ ਪੱਖ ਸੀ, ਹਨੇਰ ਪੱਖ ਦੀ ਪ੍ਰਥਮ ਪਹਿਲੀ ਸੁਖ ਦੇ ਦੇਣ ਵਾਲੀ, ਤੁਸੀਂ ਚਾਨਣ ਦਾ ਹੁੰਦਾ ਨੇ, ਸਵੈ ਪ੍ਰਸਾਦ ਕਰ ਗ੍ਰੰਥ ਸੁਧਾਰਾ, ਤੇਰੀ ਪ੍ਰਸਾਦ ਕਿਰਪਾ ਕਰਕੇ ਹੇ ਪਰਮੇਸ਼ਰ ਅਸੀਂ ਗ੍ਰੰਥ ਸੁਧਾਰਾ ਬਣਾਇਆ ਹੈ, ਭੂਲ ਪਰੀ ਲਹੋ ਲੇਹੋ ਸੁਧਾਰਾ, ਜੇ ਕਿਸੇ ਪ੍ਰਕਾਰ ਦੀ ਕੋਈ ਭੁੱਲ ਸਮਝਦਾ ਤਾਂ ਸੁਧਾਰ ਲਵੇ, ਪਰ ਅਸੀਂ ਸੂਖਮ ਰੂਪ ਵਿੱਚ ਦੱਸਿਆ, ਮਤਲਬ ਕੋਈ ਕਹਿ ਕੇ ਕਣਕੀ ਤਰ ਭੁੱਲ ਗਏ ਹੈ, ਪਰ ਜੇ ਕਿਸੇ ਕਵੀ ਦਾ ਖਿਆਲ ਹੈ ਛੱਡ ਦਿੱਤਾ ਹੈ, ਗ੍ਰੰਥ ਵਧਣ ਤੋਂ ਸੰਕੋਚ ਕਰਕੇ ਛੱਡਿਆ ਹੈ, ਜੇ ਕੋਈ ਚਾਹੇ ਤੇ ਆਪਣੀ ਸੁਧਾਰ ਕਰ ਲਵੇ, ਹੋਰ ਵਿਸਤਾਰ ਕਰਨਾ ਕਰ ਲਵੇ। ਦੋਹਰਾ ਨੇਤਰ ਤੁਮਕੇ ਚਰਨ ਤਾਰ, ਤੇ ਬਣਾਇਆ ਕਿੱਥੇ ਹੈ ਸਤਾਰਾਂ ਸੌ ਪਚਵੰਜਾ ਚ, ਉਹ ਮਹਾਰਾਜ ਕਹਿੰਦੇ ਨੇਤਰ, ਨੇਤਰ ਤੁਮਕੇ ਚਰਨ ਤਾਰ, ਨੇਤਰ ਜਿਹੜੀ ਨੈਣਾ ਦੇਵੀ ਹੈ ਤੁੰਗ ਪੁੱਕੇ ਪਹਾੜ ਵਾਲੀ, ਉਹ ਪਹਾੜ ਦੇ ਚਰਨ ਪੈਰਾਂ ਦੇ ਤਰ ਥੱਲੇ, ਸਦਰਵ ਤੀਰ ਤਰੰਗ, ਸਤਰਵ ਜਿਹੜਾ ਦਰਿਆ ਚੱਲਦਾ ਹੈ ਇਹਦੇ ਤੀਰ ਕਿਨਾਰੇ ਤੇ, ਸ੍ਰੀ ਭਗਵਤ ਪੂਰਨ ਕੀਓ, ਤੇ ਸ੍ਰੀ ਸ਼੍ਰੋਮਣੀ ਜੋ ਹੈ ਭਗਵਤ ਦਾ, ਜੋ ਭਾਗਵਤ ਦੇ ਵਿੱਚੋਂ ਰਾਮ ਚੰਦਰ ਦਾ ਜੀਵਨ ਸੀ ਉਹ ਪੂਰਨ ਕੀਓ, ਇੱਥੇ ਸੰਪੂਰਨ ਕੀਤਾ ਹੈ ਭਾਈ। ਰਾਗ ਭਰ ਕਥਾ ਪ੍ਰਸੰਗ, ਰਾਘਵਾਂ ਦੀ ਕੁਲ ਦੇ ਬਾਰ ਸ੍ਰੇਸ਼ਟ ਰਾਮ ਚੰਦਰ ਦੀ ਕਥਾ ਦਾ ਜਿਹੜਾ ਪ੍ਰਸੰਗ ਚੱਲਦਾ ਸੀ ਉਹ ਇੱਥੇ ਪੂਰਾ ਕੀਤਾ ਹੈ। ਦੋਹਰਾ ਸਾਧ ਅਸਾਧ ਜਾਨੋ ਨਹੀਂ, ਮਾਰਕ ਨੇ ਸਾਧ ਅਸਾਧ ਜਾਨੋ ਨਹੀਂ, ਭਾਈ ਸਾਧ ਚੰਗਾ ਤੇ ਅਸਾਧ ਮਾੜਾ ਇਹ ਨਹੀਂ ਜਾਣਿਆ, ਗੁਣ ਹਾਂਜੀ ਇੱਥੇ ਲਾਇਆ ਗਿਆ, ਲਾਇਆ ਚਲੋ।
ਸਾਧ ਅਸਾਧ ਜਾਣੋ ਨਹੀਂ, ਤੇ ਸਾਧ ਚੰਗਾ ਤੇ ਅਸਾਧ ਮਾੜਾ ਅਸੀਂ ਨਹੀਂ ਪਛਾਣ ਕੀਤੇ। ਬਾਦ ਸੁਬਾਦ ਵਿਵਾਦ, ਝਗੜਾ ਜਾਂ ਨਾ ਝਗੜਾ, ਗੁਣ ਔਗਣ ਤੇ ਸੁਭ ਗੁਣ, ਇਹ ਜਿਹੜੇ ਸਨ ਇਹ ਤਿੰਨੇ ਹੀ ਗ੍ਰੰਥ ਸਗਲ ਪੂਰਨ ਕੀਓ। ਅਸੀਂ ਚੰਗਾ ਮਾੜਾ, ਗੁਣ ਔਗਣ ਤੇ ਚੰਗੇ ਗੁਣ, ਇਹਨਾਂ ਸਾਰਿਆਂ ਦਾ ਤਿਆਗ ਕਰਕੇ ਗ੍ਰੰਥ ਸਗਲ ਪੂਰਨ ਕੀਓ। ਇਹ ਸਮੂਹ ਗ੍ਰੰਥ ਜਿਹੜਾ ਅਸੀਂ ਪੂਰਾ ਕੀਤਾ, ਕੀਤਾ ਕਿਵੇਂ? ਭਗਵਤ ਕਿਰਪਾ ਪ੍ਰਸਾਦ, ਭਗਵਤ ਭਗਵੰਤ ਜੋ ਪਰਮੇਸ਼ਰ ਹੈ ਉਹਦੀ ਪ੍ਰਸਾਦ ਕਿਰਪਾ ਦੇ ਨਾਲ, ਉਹਦੀ ਕਿਰਪਾ ਦੇ ਕਿਰਪਾਲੂ ਕਿਰਪਾ ਪ੍ਰਸਾਦ, ਕਿਰਪਾ ਕਿਰਪਾਲੂ ਜੋ ਭਗਵੰਤ ਹੈ, ਕਿਰਪਾ ਕਰਨ ਵਾਲਾ, ਉਹਦੀ ਪ੍ਰਸਾਦ ਕਿਰਪਾ ਨਾਲ ਅਸੀਂ ਸਾਰਾ ਗ੍ਰੰਥ ਪੂਰਨ ਕੀਤਾ ਹੈ। ਦਵਈਆ ਪਾਏ ਗਏ ਜਬ ਤੇ ਤੁਮਰੇ, ਇਹ ਨਿਚੋੜ ਦੱਸਿਆ ਹੈ ਸਾਰੇ ਰਾਮਾ ਅਵਤਾਰ ਦਾ, ਇਹਨਾਂ ਦੀ ਕੀ ਕਰਤੂਤ ਸੀ ਤੇ ਕੀ ਕਰਦੇ ਰਹੇ ਉਹ ਦੱਸ ਕੇ ਆਪ ਮਹਾਰਾਜ ਆਪਣਾ ਨਿਸ਼ਚਾ ਦ੍ਰਿੜ ਕਰਵਾ ਰਹੇ ਹੈ ਕਿ ਸਿੱਖੋ ਕਿ ਸੁਣ ਕੇ ਰਹਿ ਚੁੱਕੇ ਸੀ ਰਾਮ ਚੰਦਰ ਦੇ ਪਾਸ਼ਕ ਬਣ ਗਏ ਸੀਤਾ ਦੇ, ਸਾਡਾ ਜਿਹੜਾ ਨਿਸ਼ਚਾ ਉਹ ਸੁਣੋ। ਪਾਏ ਗਏ ਜਬ ਤੇ ਤੁਮਰੇ, ਪਾਏ ਗਏ ਜਦੋਂ ਤੋਂ ਪਾਏ ਪੈਰ ਗਏ ਪਕੜੇ ਹਨ ਜਬ ਤੇ ਜਦੋਂ ਤੋਂ ਸਭ ਤੇ ਕੋ ਤੁਮਰੇ ਤੁਹਾਡੇ, ਸਭ ਤੇ ਕੋ ਆਂਖ ਤਰੇ ਨਹੀਂ ਆਂਦਾ, ਸਭ ਤੇ ਤੋਂ ਕੋਈ ਵੀ ਅਸੀਂ ਅੱਖ ਦੇ ਤਰੇ ਥੱਲੇ ਲਿਆਂਦਾ ਨੀ ਕਿਸੇ ਨੂੰ, ਐਸੀ ਕਿਰਪਾ ਹੋਈ ਅਕਾਲ ਪੁਰਖ ਤੁਹਾਡੀ, ਕਿਸੇ ਨੂੰ ਥੱਲੇ ਨੀ ਲਿਆਂਦਾ, ਕਾਣ ਕਨੋੜ ਨੀ ਮੰਨੀ ਕਿਸੇ ਦੀ। ਰਾਮ ਰਹੀਮ ਪੁਰਾਨ ਕੁਰਾਨ, ਤੇ ਰਾਮ ਚੰਦਰ ਜੀ ਰਹੀਮ ਆਲਕ ਤੇ ਪੁਰਾਣ ਆਲਕ ਤੇ ਕੁਰਾਨ ਆਦਕ, ਸਾਰਾ ਪੁਰਾਣ ਤੇ ਚਾਰੇ ਕੁਰਾਨ ਜਮੂਰ ਆਲਕ ਅੰਜੀਰ ਤੇ ਤਰੇ ਤਾਰਕ ਜਿਤਨੇ ਮੰਨੇ ਹੈ, ਅਨੇਕ ਕਹੇ ਮਤ ਏਕ ਨਾ ਮਾਨੇ, ਤੇ ਅਨੇਕਾਂ ਹੀ ਗੱਲਾਂ ਕਹਿੰਦੇ ਹਨ, ਅਨੇਕਾਂ ਇਹਨਾਂ ਨੂੰ ਕਹਿਣ ਵਾਲੇ ਹੈ, ਅਨੇਕਾਂ ਮਤ ਦੀਆਂ ਗੱਲਾਂ ਕਰਦੇ ਪਰ ਏਕ ਨਾ ਮੰਨ, ਏਕ ਨਾ ਮਾਨਿਓ, ਇੱਕ ਵੀ ਨਹੀਂ ਅਸੀਂ ਮੰਨੀ ਭਾਈ ਇਹਨਾਂ ਦੀ। ਸਿਮਰਤ ਸਾਸਤਰ ਵੇਦ ਸਭਾ, ਸਿਮਰਤ 27 ਸਿਮਰਤੀਆਂ ਕੇ ਸ਼ਾਸਤਰ ਤੇ ਵੇਦ ਸਭਾ ਚਾਰੇ ਵੇਦ, ਬਹੁਤ ਭੇਦ ਕਹੇ, ਬਹੁਤ ਤਰੀਕੇ ਦੇ ਨਾਲ ਭੇਦ ਫਰਕ ਕਹਿੰਦੇ ਹਨ, ਹਮ ਏਕ ਨਾ ਜਾਣੇ, ਅਸੀਂ ਇਹਨਾਂ ਚੋਂ ਇੱਕ ਵੀ ਨਹੀਂ ਜਾਣਿਆ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਸਾਹੇ ਸ੍ਰੀ ਅਸਪਾਨ, ਸ੍ਰੀ ਸ੍ਰੋਮਣੀ ਅਸ ਕਿਰਪਾਨ ਨੂੰ ਪਾਨ ਪਕੜਨ ਵਾਲੇ, ਅਸਪਾਨ ਨਾਲ ਕਿਰਪਾਨ ਦਾ ਪਾਨ ਹੱਥ ਚ ਪਕੜਨ ਵਾਲੇ ਕਿਰਪਾਨ ਨੂੰ, ਹੇ ਸ੍ਰੀ ਸ੍ਰੋਮਣੀ ਪਰਮੇਸ਼ਰ ਕਿਰਪਾ ਤੁਮਰੀ ਕਰ, ਤੁਹਾਡੀ ਕਿਰਪਾ ਕਰਕੇ, ਕਿਰਪਾ ਤੁਮਰੀ ਕਰ, ਤੁਹਾਡੀ ਕਿਰਪਾ ਕਰਕੇ ਕਰ ਕੀਤਾ ਹੈ ਪੂਰਾ ਗ੍ਰੰਥ। ਮੈਂ ਨਾ ਕਹਿਓ ਸਭ ਤੋਹੇ ਬਖਾਨੇ, ਮੈਂ ਅਸੀਂ ਨੀ ਮਾਰੇ ਕਹਿੰਦੇ ਕੁਝ ਵੀ ਕਿਹਾ, ਸਭ ਤੋਹੇ ਬਖਾਨੇ, ਤੁਸੀਂ ਬਖਾਨੇ ਕਥਨ ਕਰਵਾਇਆ, ਤੁਹਾਡੀ ਕਿਰਪਾ ਨਾਲ ਅਸੀਂ ਵਿਖਿਆਨ ਕੀਤਾ, ਅਸੀਂ ਆਪੋ ਕੁਝ ਨੀ ਕਿਹਾ, ਹੋ ਆਪੋ ਬੋਲਣਾ ਜਾਣਦਾ, ਮੈਂ ਕਿਹਾ ਸਭ ਹੁਕਮਾਓ ਜੀਓ, ਦੋਹਰਾ ਸਗਲ ਦੁਆਰ ਕਉ ਛਾੜ ਕੇ, ਫੈਸਲਾ ਕਰ ਦਿੱਤਾ ਸਮਾਪਤੀ ਦੀ ਪੰਗਤੀ ਚ, ਮਹਾਰਾਜ ਕਹਿੰਦੇ ਸਾਰੇ ਦੁਆਰੇ ਦਰਵਾਜਿਆਂ ਨੂੰ ਛੱਡ ਕੇ, ਕਹਿਓ ਤੁਹਾਰੋ ਦੁਆਰ, ਇਹ ਪਰਮੇਸ਼ਰ ਅਕਾਲ ਪੁਰਖ ਦਾ ਤੁਹਾਡਾ ਦਰਵਾਜਾ ਗ੍ਰਹਿਣ ਕੀਤਾ ਹੈ, ਪਕੜਿਆ ਹੈ, ਬਾਹੇ ਦਹੇ ਕੀ ਲਾਜ ਆਸ, ਇਹ ਬਾਹ ਪਕੜੀ ਦੀ ਲਾਜ ਆਸ ਹੈ, ਇਹ ਤੁਹਾਨੂੰ ਸ਼ਰਮ ਹੈ ਸਾਡੀ ਬਾਹ ਪਕੜੀ ਹੋਈ ਜੀ। ਗੋਬਿੰਦ ਦਾਸ ਤੁਹਾਰ, ਸਾਡਾ ਨਾਮ ਗੋਬਿੰਦ ਹੈ, ਅਸੀਂ ਦਾਸ ਸੇਵਕ ਹਾਂ, ਕਿਹਦੇ ਕਹਿੰਦੇ ਤੁਹਾਰ, ਤੁਹਾਡੇ ਸੇਵਕ ਹੈ ਅਕਾਲ ਪੁਰਖ, ਹੋਰ ਕਿਸੇ ਦੇ ਨਹੀਂ, ਕਿਉਂਕਿ 1755 ਵਿੱਚ ਗ੍ਰੰਥ ਰਚਿਆ ਹੈ ਤੇ ਅੰਮ੍ਰਿਤ ਸਕਿਆ 1756 ਚ, ਇਸ ਵਾਸਤੇ ਗੋਬਿੰਦ ਸਿੰਘ ਨਾਮ ਨੀ, ਇੱਥੇ ਗੋਬਿੰਦ ਕੱਲਾ ਤਾਂ ਹੀ ਲਿਖਿਆ ਹੈ, ਸਿੰਘ ਨਾਮ ਅੱਗੇ ਜਾ ਕੇ ਆਵੇਗਾ। ਸੋ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ, ਤੁਹਾਡੇ ਅਸੀਂ ਸੇਵਕ, ਇਹ ਨਿਚੋੜ ਨਿਸ਼ਚਾ ਨਿਰਣਾ ਕਰਕੇ ਸਤਿਗੁਰੂ ਜੀ ਨੇ ਦੱਸ ਦਿੱਤਾ ਹੈ। ਇਸ ਸ੍ਰੀ ਰਮਾਇਣ ਸਮਾਪਤ ਮਸਤ, ਇੱਥੇ ਜੋ ਰਮਾਇਣ ਦਾ ਪ੍ਰਸੰਗ ਸੀ, ਰਾਮ ਚੰਦਰ ਦਾ ਆਰੰਭ ਕੀਤਾ, ਉਹ ਇੱਥੇ ਮਸਤ ਸਮਾਪਤ ਹੋਇਆ ਹੈ। ਦੋਹਰਾ ਸਗਲ ਦੁਆਰ ਕਉ ਛਾੜ ਕੇ, ਤੁਹਾਰੋ ਦੁਆਰ ਬਾਏ ਗਏ ਕੀ ਲਾਜ ਆਸ, ਗੋਬਿੰਦ ਦਾਸ ਤੁਹਾਰ ਵਾ
ਵਾਹਿਗੁਰੂ ਜੀ ਕਾ ਖਾਲਸਾ।